ਹੈਲੋ ਦੋਸਤੋ ਮੈਂ ਕੀਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰਿਟ YouTube ਚੈਨਲ ਪ੍ਰਤਾਪ ਅਕੈडमी ਦੇ ਉੱਤੇ ਤੇ ਪੰਜਾਬ ਦੇ ਆਉਣ ਵਾਲੇ ਐਗਜ਼ਾਮਸ ਵਾਸਤੇ ਆਪਾਂ ਨੇ ਪ੍ਰਤਾਪੀ MCQ ਸੀਰੀਜ਼ ਸ਼ੁਰੂ ਕਰੀ ਹੋਈ ਹੈ ਬਈ ਤੇ ਅੱਜ ਉਹ ਸੀਰੀਜ਼ ਦਾ ਹੈਗਾ ਆ 27ਵਾਂ ਪਾਰਟ ਠੀਕ ਹੈ 27ਵਾਂ ਪਾਰਟ ਅੱਜ ਆਪਾਂ ਕਰਾਂਗੇ ਬਈ 24 ਸਟੂਡੈਂਟ ਨਵੇਂ ਹੈਗੇ ਆ ਚੈਨਲ ਦੇ ਉੱਤੇ ਪਹਿਲੀ ਵਾਰ ਚੈਨਲ ਤੇ ਆਏ ਆ ਅ ਪਹਿਲੀ ਗੱਲ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬਈ ਠੀਕ ਹੈ ਤੇ ਆਪਾਂ ਨੇ ਬਈ ਆਉਣ ਵਾਲੇ ਐਗਜ਼ਾਮ ਜਿਵੇਂ ਕਿ 트리플 ਐਸਬੀ ਕਲਰਕ ਦਾ ਐਗਜ਼ਾਮ ਆਣਾ ਹੈ ਪੰਜਾਬ ਪੁਲਿਸ ਦਾ ਐਗਜ਼ਾਮ ਆਣਾ ਹੈ ಗ್ರಾಮ ਸੇਵਕ ਵੀਡੀਓ ਜਾਂ ਫਾਇਰਮੈਨ ਦਾ ਐਗਜ਼ਾਮ ਆਣਾ ਜਾਂ ਇਸ ਤੋਂ ਇਲਾਵਾ ਹੋਰ ਜਿੰਨੇ ਵੀ ਐਗਜ਼ਾਮ ਆਣੇ ਆ ਜਿਨ੍ਹਾਂ ਦੇ ਵਿੱਚ ਜੀਕੇ ਦੇ ਕੁਐਸਚਨ ਪੁੱਛੇ ਜਾਂਦੇ ਆ ਤਾਂ ਉਹਨਾਂ ਵਾਸਤੇ ਆਪਾਂ ਨੇ ਪ੍ਰੀਵੀਅਸ ਇਅਰ ਐਮਸੀਕਿਊਜ਼ ਦੀ ਸੀ ਕੁਐਸਚਨਰ ਦੀ ਇੱਕ ਸੀਰੀਜ਼ ਸ਼ੁਰੂ ਕਰੀ ਹੋਈ ਹੈ ਜਿਦੇ ਚ ਆਪਾਂ ਡੇਲੀ 30 ਜੀਕੇ ਦੇ ਕੁਐਸਚਨ ਡਿਸਕਸ ਕਰਦੇ ਆ 26 ਕਲਾਸਾਂ ਇਸ ਤੋਂ ਪਹਿਲਾਂ ਹੋ ਚੁੱਕੀਆਂ ਨੇ ਤੇ ਅੱਜ 27ਵੀਂ ਕਲਾਸ ਹੈ ਓਕੇ ਇੱਕ ਕੀ ਕਰਕੇ ਆਪਾਂ ਸਟਾਰਟ ਕਰਦੇ ਹਾਂ ਨਾਲੇ ਇੱਕ ਗੱਲ ਹੋਰ ਜਿਹੜੀ ਪੁਰਾਣੀ ਕਲਾਸਾਂ ਉਹ ਵੀ ਦੇਖਣੀ ਬਹੁਤ ਜ਼ਿਆਦਾ ਜ਼ਰੂਰੀਆਂ ਬਈ ਨਵੇਂ ਬੱਚਿਆਂ ਵਾਸਤੇ ਚੈਨਲ ਦੇ ਉੱਤੇ ਇੱਕ ਅਲੱਗ ਤੋਂ ਪਲੇਲਿਸਟ ਮਿਲ ਜੇਗੀ ਪ੍ਰਤਾਪੀ ਐਮਸੀਕਿਊ ਸੀਰੀਜ਼ ਦੇ ਨਾਂ ਤੋਂ ਠੀਕ ਹੈ ਨਾ ਪ੍ਰਤਾਪੀ ਐਮਸੀਕਿਊ ਸੀਰੀਜ਼ ਦੇ ਨਾਂ ਤੋਂ ਪਲੇਲਿਸਟ ਹੈ ਉਹਦੇ ਚ ਪਿਛਲੀ 26 ਕਲਾਸਾਂ ਤੁਹਾਨੂੰ ਮਿਲ ਜਾਣਗੀਆਂ ਬਾਈ ਠੀਕ ਹੈ ਐਪ ਡਾਊਨਲੋਡ ਕਰ ਲਓ ਐਪ ਦੇ ਵਿੱਚ ਪੀਡੀਐਫ ਮਿਲ ਜੇਗੀ ਫ੍ਰੀ ਸਟੱਡੀ ਮਟੀਰੀਅਲ ਦੇ ਵਿੱਚ ਠੀਕ ਹੈ ਤੇ ਉਹ ਕਲਾਸਾਂ ਲਗਾਓ ਹਾਂਜੀ ਪਹਿਲਾ ਕੁਐਸਚਨ ਕੀ ਹੈ ਭਾਰਤੀ ਰੇਲਵੇ ਦੇ ਮਾਥੇਰਨ ਮਾਥੇਰਨ ਹਿਲ ਰੇਲਵੇ ਟਰੈਕ ਦੀ ਚੌੜਾਈ ਦੇ ਆਧਾਰ ਤੇ ਕਿਸ ਕਿਸਮ ਦਾ ਗੇਜ ਹੈ ਇਹ ਕੁਐਸਚਨ ਕੀ ਕਹਿੰਦਾ ਹੈ ਭਈ ਦੇਖੋ ਕੁਐਸਚਨ ਬੜਾ ਸਿੰਪਲ ਜਿਹਾ ਕੁਐਸਚਨ ਹੈ ਗੇਜ ਦਾ ਮਤਲਬ ਕੀ ਹੁੰਦਾ ਹੈ ਗੇਜ ਠੀਕ ਹੈ ਨਾ ਗੇਜ ਹੁੰਦੀ ਹੈ ਜਿਹੜੀ ਰੇਲ ਦੀ ਪਟੜੀ ਹੈ ਨਾ ਉਹ ਤਿੰਨ ਤਿੰਨ ਤਰ੍ਹਾਂ ਦੀ ਹੈ ਆਪਣੇ ਇੰਡੀਆ ਦੇ ਵਿੱਚ ਰੇਲਵੇ ਦੀ ਪਟੜੀ ਇੱਕ ਹੁੰਦੀ ਹੈ ਨੈਰੋ ਗੇਜ ਕਿਹੜੀ ਹੁੰਦੀ ਹੈ ਨੈਰੋ ਗੇਜ ਇੱਕ ਹੁੰਦੀ ਹੈ ਮੀਟਰ ਗੇਜ ਜਿਹਦੀ ਚੜਾਈ 1 ਮੀਟਰ ਹੁੰਦੀ ਹੈ ਠੀਕ ਹੈ ਇਹ ਮੰਨ ਲਓ ਨੈਰੋ ਗੇਜ ਹੋਗੀ ਬਹੁਤ ਪਤਲੀ ਹੈ ਬਹੁਤ ਬਹੁਤ ਹੀ ਪਤਲੀ ਠੀਕ ਹੈ ਇੱਕ ਹੋਗੀ ਮੀਟਰ ਇਹਦੀ ਚੜਾਈ 1 ਮੀਟਰ ਹੁੰਦੀ ਹੈ ਤੇ 1 ਮੀਟਰ ਤੋਂ ਵੀ ਵੱਧ ਹੁੰਦੀ ਹੈ ਉਹਨੂੰ ਆਪਾਂ ਬੋਲਦੇ ਹਾਂ ਬਰੋਡ ਗੇਜ ਬਹੁਤ ਚੌੜੀ ਹੁੰਦੀ ਹੈ ਤਿੰਨ ਤਰ੍ਹਾਂ ਦੀ ਪਟੜੀਆਂ ਹੁੰਦੀਆਂ ਬਾਈ ਜਿਹਨੂੰ ਆਪਾਂ ਗੇਜ ਬੋਲਦੇ ਹਾਂ ਸਮਝਿਆ ਨਾ ਸਭ ਤੋਂ ਤੰਗ ਸਭ ਤੋਂ ਤੰਗ ਵਾਲੀ ਹੁੰਦੀ ਹੈ ਨੈਰੋ ਗੇਜ ਫਿਰ ਇੱਕ ਮੀਟਰ ਚੌੜਾਈ ਵਾਲੀ ਮੀਟਰ ਗੇਜ ਤੇ ਮੀਟਰ ਤੋਂ ਵੀ ਪਰ ਹੁੰਦੀ ਹੈ ਬ੍ਰਾਡ ਗੇਜ ਓਕੇ ਇਹਨਾਂ ਨੇ ਉਹੀ ਪੁੱਛਿਆ ਕਿ 마ਥੇਰਨ ਹਿਲ ਰੇਲਵੇ ਟ੍ਰੈਕ ਜਿਹੜਾ ਹੈਗਾ ਆ ਉਹ ਚੌੜਾਈ ਦੇ ਹਿਸਾਬ ਨਾਲ ਕਿਹੜੇ ਗੇਜ ਚ ਆਂਦਾ ਹੈ ਤਾਂ ਵੈਸੇ ਤਾਂ ਤੁਹਾਨੂੰ ਹਰ ਇੱਕ ਦਾ ਨਹੀਂ ਪੁੱਛਦੇ ਕੁਝ ਸਪੈਸ਼ਲ ਹੈਗੇ ਆ ਜਿਨ੍ਹਾਂ ਦਾ ਪੁੱਛਿਆ ਜਾਂਦਾ ਜਿਵੇਂ ਕਲਕਾ ਸਿਮਲਾ ਹੋ ਗਿਆ ਕਲਕਾ ਤੋਂ ਸਿਮਲਾ ਤੱਕ ਜਿਹੜੀ ਰੇਲ ਚੱਲਦੀ ਹੈ ਉਹ ਨੈਰੋ ਗੇਜ ਤੇ ਚੱਲਦੀ ਹੈ ਠੀਕ ਹੈ ਇਦਾਂ ਹੀ ਮਹਾਰਾਸ਼ਟਰ ਦੇ ਵਿੱਚ 마ਥੇਰਨ ਹਿਲ ਰੇਲਵੇ ਟ੍ਰੈਕ ਹੈ ਉਹ ਵੀ ਨੈਰੋ ਗੇਜ ਤੇ ਹੀ ਚੱਲਦੀ ਹੈ ਕਿਹੜੀ ਗੇਜ ਤੇ ਨੈਰੋ ਗੇਜ ਤੇ ਯਾਦ ਰੱਖਣਾ ਤੇ ਮਾਥੇਰਨ ਹਿਲ ਰੇਲਵੇ ਟ੍ਰੈਕ ਹੈ ਕਿੱਥੇ ਹੈ ਇਹ ਮਹਾਰਾਸ਼ਟਰ ਦੇ ਵਿੱਚ ਹੈ ਕਿੱਥੇ ਹੈ ਬਈ ਮਹਾਰਾਸ਼ਟਰ ਦੇ ਵਿੱਚ ਅੰਡਰਸਟੈਂਡ ਰੇਲ ਦੀ ਪਟੜੀਆਂ ਰੇਲ ਦੀ ਗੇਜ ਜਿਹੜੀ ਹੁੰਦੀ ਹੈ ਤਿੰਨ ਤਰ੍ਹਾਂ ਦੀ ਹੁੰਦੀ ਹੈ ਨੈਰੋ ਗੇਜ ਬ੍ਰਾਡ ਗੇਜ ਮੀਟਰ ਗੇਜ ਤੇ ਜਿਹੜੇ ਸਭ ਤੋਂ ਤੰਗ ਹੈ ਸਭ ਤੋਂ ਛੋਟੀ ਵਾਲੀ ਗੇਜ ਹੈ ਉਹ ਹੈਗੀ ਹੈ ਨੈਰੋ ਗੇਜ ਠੀਕ ਹੈ ਚਲੋ ਫਿਰ ਅਗਲੇ ਕੁਐਸਚਨ ਤੇ ਆਓ ਏ ਆਰ ਰਹਿਮਾਨ ਮਸ਼ਹੂਰ ਸੰਗੀਤਕਾਰ ਨੇ ਹੇਠਾ ਦਿੱਤੇ ਗੀਤਾ ਵਿੱਚ ਕਿ ਕਿਸ ਲਈ 52ਵਾਂ ਗ੍ਰੇਮੀ ਅਵਾਰਡ ਹੈ ਜਿਹੜਾ ਉਹ ਜਿੱਤਿਆ ਗ੍ਰੇਮੀ ਪੁਰਸਕਾਰ 뮤직 ਵਾਸਤੇ ਮਿਲਦਾ ਹੈ ਅਮਰੀਕਾ ਦੀ ਕੈਕੈਡਮੀ ਹੈ ਉਹਦੇ ਦੁਆਰਾ ਗ੍ਰੇਮੀ ਪੁਰਸਕਾਰ দেয়া ਜਾਂਦਾ ਹੈ ਠੀਕ ਹੈ ਪੰਡਿਤ ਰਵੀ ਸ਼ੰਕਰ ਨੇ ਵੀ ਜਿੱਤਿਆ ਜੀ ਪਹਿਲੇ ਇੰਡੀਅਨ ਹੋਏ ਸੀਗੇ ਪੰਡਿਤ ਰਵੀ ਸ਼ੰਕਰ ਠੀਕ ਹੈ ਏ ਆਰ ਰਹਿਮਾਨ ਨੂੰ ਵੀ ਮਿਲਿਆ ਹੋਇਆ ਤਾਂ ਏ ਆਰ ਰਹਿਮਾਨ ਨੂੰ ਜਿਹੜਾ ਗ੍ਰੇਮੀ ਅਵਾਰਡ ਮਿਲਿਆ ਸੀਗਾ ਉਹ ਕਿਹੜੇ ਗੀਤ ਵਾਸਤੇ ਮਿਲਿਆ ਤਾਂ ਉਹਨਾਂ ਨੂੰ ਮਿਲਿਆ ਸੀਗਾ ਜੀ ਗੀਤ ਸੀਗਾ ਸਲਮ ਡੌਗ ਮਿਲੀਨੀਅਰ ਇੱਕ ਮੂਵੀ ਸੀ ਓਸਕਰ ਵੀ ਮਿਲਿਆ ਸੀ ਉਸ ਨੂੰ ਜਾਹੋ ਗਾਣੇ ਕਰਕੇ ਕਿਹੜੇ ਗਾਣੇ ਕਰਕੇ ਜਾਹੋ ਠੀਕ ਹੈ ਚਲੋ ਨੈਕਸਟ ਆਓ ਜੀ ਭਾਰਤੀ લેਖਿਕਾ ਹੈਗੀ ਹੈ ਜੀ ਇੱਕ ਅਨੁਰਾਧਾ رائے ਠੀਕ ਹੈ ਅਨੁਰਾਧਾ رائے ਇੱਕ ਰਾਈਟਰ ਹੈ ਇੰਡੀਅਨ ਉਹਨਾਂ ਦੀ ਲਿਖੀ ਹੋਈ ਨਾਵਲਸ ਵਿੱਚੋਂ ਕਿਹੜੀ ਨਾਵਲ ਹੈ ਇੱਥੇ ਇੱਕ ਨਾਵਲ ਉਹਨਾਂ ਦੀ ਲਿਖੀ ਹੋਈ ਹੈਗੀ ਹੈ ਸਲੀਪਿੰਗ ਔਨ ਜੁਪੀਟਰ ਇਹ ਅਨੁਰਾਧਾ رائے ਦੀ ਲਿਖੀ ਹੋਈ ਹੈ ਠੀਕ ਹੈ ਤੇ ਬਾਕੀ ਕੀ ਦੀ ਲਿਖੀ ਹੋਈ ਹੈ ਟੈਲ ਹਰ एवरीथिंग ਲਿਖੀ ਹੋਈ ਹੈ ਜੀ ਮਿਰਜ਼ਾ ਵਾਹਿਦ ਦੀ ਮਿਡ ਨਾਈਟ ਚਿਲड्रन ਬਹੁਤ ਇੰਪੋਰਟੈਂਟ ਹੈ ਸਲਮਾਨ ਰਸ਼ਦੀ ਦੀ ਇਲਿਟ ਹੈਪੀਨੈਸ ਆਫ ਅਦਰ ਪੀਪਲ ਮਨੂ ਜੋਸਫ ਠੀਕ ਹੈ ਸਾਰੇ ਯਾਦ ਰੱਖਣ ਵਾਲੇ ਪੁਆਇੰਟ ਹੈ ਚਲੋ ਵੀ ਨੈਕਸਟ ਆਪ ਕਿਸ ਮੰਤਰਾਲੇ ਨੇ ਹਾਲ ਹੀ ਵਿੱਚ ਭਾਰਤ ਵਿੱਚ ਪੁਲਿਸ ਸਟੇਸ਼ਨਾਂ ਦੀ ਸਾਲਾਨਾ ਦਰਜਾਬੰਦੀ ਜਾਰੀ ਕੀਤੀ ਹੈ ਦਾ ਐਨੂਅਲ ਰੈਂਕਿੰਗ ਹੁੰਦੀ ਹੈ ਸਾਲਾਨਾ ਰੈਂਕਿੰਗ ਰੈਂਕ دیے ਜਾਂਦੇ ਆਂ ਇੰਡੀਆ ਦੇ ਪੁਲਿਸ ਸਟੇਸ਼ਨਸ ਨੂੰ ਠੀਕ ਹੈ ਉਹਨਾਂ ਦੇ ਕੰਮ ਦੇ ਹਿਸਾਬ ਨਾਲ ਤਾਂ ਇਹ ਰੈਂਕਿੰਗ ਕੌਣ ਜਾਰੀ ਕਰਦਾ ਹੈ ਇਹ ਰੈਂਕਿੰਗ ਜਾਰੀ ਕਰਦਾ ਹੈ ਜੀ ਮਿਨਿਸਟਰੀ ਆਫ ਹੋਮ ਅਫੇਅਰ ਗ੍ਰਹਿ ਮੰਤralੇ ਦੁਆਰਾ ਇਹਨੂੰ ਜਾਰੀ ਕਰਿਆ ਜਾਂਦਾ ਹੈ ਗ੍ਰਹਿ ਮੰਤਰੀ ਆਪਣੇ ਹੈਗੇ ਆਂ ਅਮਿਤ ਸ਼ਾ ਐਟ ਪ੍ਰੈਜ਼ੈਂਟ ਠੀਕ ਹੈ ਓਕੇ ਆਪਣੇ ਕੁਐਸਚਨ ਆ ਜਿਹੜੇ ਉਹ ਕਾਊਂਟ ਕਰਦੇ ਚੱਲੋ ਬਈ ਐਂਡ 'ਚ ਕਮੈਂਟ ਕਰਕੇ ਵੀ ਦੱਸਣਾ ਹੈ ਕਿਦਾ ਆਨਸਰ ਕੀ ਆ ਮਤਲਬ ਕਿ ਕਿਦੇ ਕਿੰਨੇ ਕੁਐਸਚਨ ਠੀਕ ਹੋਏ ਆ 30 ਦੇ ਵਿੱਚੋਂ ਤੁਹਾਡੇ ਕਿੰਨੇ ਮਾਰਕਸ ਬਣੇ ਆ नेशनेल कम्युनल हार्मनी अवार्ड ਦੀ ਸਥਾਪਨਾ ਕਿਸ ਸਾਲ ਹੋਈ ਚਗੀ ਇਹ अवार्ड ਹੈ ਜਦਦਰ ਵੈਸੇ ਹਰ ਸਾਲ ਤਰੀਂਂ ਦਿਆ ਜਾਂਦਾ ਪਰ ਜਿਆਤਰ 26 ਜਨਵਰੀ ਵਾਲੇ ਦਿਨ ਅਨਾਉਂਸ ਹੁੰਦੇ ਆ ਤਾਂ ਨੈਸ਼ਨਲ ਕਮਿਊਨਲ ਹਾਰਮਨੀ ਅਵਾਰਡ ਹੈ ਜਿਹੜਾ ਉਹ 1996 ਚ ਸ਼ੁਰੂ ਹੋਇਆ ਸੀਗਾ ਕਦੋਂ ਸ਼ੁਰੂ ਹੋਇਆ 1996 ਚਲੋ ਜੀ ਨੈਕਸਟ ਹੈ ਜੀ ਲਗਭਗ 600 ਮੀਟਰ ਯਾਨੀ 2000 ਫੁੱਟ ਦੀ ਔਸਤ ਉਚਾਈ ਵਾਲਾ ਕਿਹੜਾ ਪਠਾਰ ਹੈ ਜਿਹੜਾ ਤਿੰਨ ਪਹਾੜੀ ਸ਼੍ਰੇਣੀਆਂ ਨਾਲ ਕਿਰਿਆ ਹੋਇਆ ਹੈ ਉਹਦੇ ਉੱਤਰ ਵੱਲ ਸਤਪੂੜਾ ਪਹਾੜਤ ਹੈ ਦੇ ਦੋਵੇਂ ਪਾਸੇ ਪੂਰਬੀ ਤੇ ਪੱਛਮੀ ਘਾਟ ਹੈ ਜਮੀ ਸੌਖਾ ਕੁਐਸਚਨ ਹੈ ਜੀਓਗ੍ਰਾਫੀ ਦਾ ਜਮੀ ਸੌਖਾ ਜਿਹਨਾਂ ਬੱਚੇ ਨੇ ਜੀਓਗ੍ਰਾਫੀ ਨਹੀਂ ਪੜ੍ਹੀ ਉਹਨਾਂ ਨੂੰ ਔਖਾ ਲੱਗੇਗਾ ਬਸ ਤਾਂ ਇਹ ਗੱਲ ਹੋ ਰਹੀ ਹੈ ਜੀ ਦੱਖਣ ਦੇ ਪਠਾਰ ਦੀ ਇਹ ਗੱਲ ਕਿਦੀ ਹੋ ਰਹੀ ਹੈ ਦੱਖਣ ਦੇ ਪਠਾਰ ਦੀ ਹੋ ਰਹੀ ਹੈ ਇਹ சதਪੂੜਾ ਰੇਂਜ ਹੈ ਠੀਕ ਹੈ ਇਹ ਹੈਗੇ ਆ ਪੱਛਮੀ ਘਾਟ ਠੀਕ ਹੈ ਇਹ ਹੈਗੇ ਆ ਪੂਰਬੀ ਘਾਟ ਇਹ ਪर्वत श्रृंखला ਹੋਗੀ ਇਹਨੂੰ ਆਪਾਂ ਪੂਰਬੀ ਘਾਟ ਬੋਲਦੇ ਆ ਇਹਨਾਂ ਪर्वत श्रृंखला ਨੂੰ ਆਪਾਂ ਪੱਛਮੀ ਘਾਟ ਬੋਲਦੇ ਆ ਇਸ ਪर्वत श्रृंखला ਨੂੰ ਆਪਾਂ சதਪੂੜਾ ਰੇਂਜ ਬੋਲਦੇ ਆ ਵਿੱਚ ਜਿਹੜਾ ਇਹ ਪਠਾਰ ਆਇਆ ਵਿੱਚ ਇਹ ਜਿਹੜਾ ਪਠਾਰ ਹੈ ਇਸ ਨੂੰ ਬੋਲਿਆ ਜਾਂਦਾ ਦੱਖਣ ਦਾ ਪਠਾਰ ਡੈਕਨ ਪਲੇਟਿਊ ਠੀਕ ਹੈ ਜੀ ਦੱਖਣ ਦਾ ਪਠਾਰ ਇਹ ਇੰਡੀਆ ਦਾ ਲਾਰਜੇਸਟ ਹੈ ਇੰਡੀਆ ਦਾ ਲਾਰਜੇਸਟ ਪਠਾਰ ਹੈ ਠੀਕ ਹੈ ਮਹਾਰਾਸ਼ਟਰ ਤੇਲੰਗਨਾ ਕਰਨਾਟਕ ਆਂਧਰਾ ਓਡੀਸ਼ਾ ਦੇ ਕੁਝ ਇਲਾਕੇ ਛਤੀਸਗੜ੍ਹ ਹਨ ਇਹ ਸਾਰੇ ਇਲਾਕੇ ਦੇ ਚਾਹਦੇ ਹਨ ਸਮਝੋ ਗੱਲ ਬਈ ਤਾਂ ਇਹਦਾ ਆਨਸਰ ਹੋ ਗਿਆ ਡੈਕਨ ਪਲੇਟੂ ਡੈਕਰ ਪਲੇਟੂ ਯਾਨੀ ਦੱਖਣ ਦਾ ਪਠਾਰ ਇੰਡੀਆ ਦਾ ਸਭ ਤੋਂ ਵੱਡਾ ਪਠਾਰ ਹੈਗਾ ਆ ਇੱਥੇ ਇੱਕ ਪਠਾਰ ਹੋ ਇਹ ਮਾਰਵਾੜ ਦਾ ਪਠਾਰ ਇਹ ਰਾਜਸਥਾਨ ਦੇ ਵਿੱਚ ਹੈ ਬਈ ਮੇਘਾਲਿਆ ਦਾ ਪਠਾਰ ਮੇਘਾਲਿਆ ਦੇ ਵਿੱਚ ਹੈ ਛੋਟਾ ਨਾਗਪੁਰ ਦਾ ਪਠਾਰ ਝਾਰਖੰਡ ਦੇ ਵਿੱਚ ਹੈ ਤੇ ਸਭ ਤੋਂ ਜ਼ਿਆਦਾ ਕੋਲਾ ਇੱਥੇ ਮਿਲਦਾ ਯਾਦ ਰੱਖਣਾ ਪੁੱਛਿਆ ਜਾਂਦਾ ਕੋਲੇ ਵਾਸਤੇ ਫੇਮਸ ਕਿਹੜਾ ਪਠਾਰ ਹੈ ਛੋਟਾ ਨਾਗਪੁਰ ਦਾ ਪਠਾਰ ਕੋਲੇ ਵਾਸਤੇ ਬਹੁਤ ਜ਼ਿਆਦਾ ਫੇਮਸ ਹੈ ਓਕੇ ਨੈਕਸਟ ਸਰਕਾਰ ਦੁਆਰਾ ਵਿੱਤੀ ਅਨੁਸ਼ਾਸਨ ਦੀ ਘਾਟ ਫਾਈਨੈਂਸ਼ੀਅਲ ਡਿਸਿਪਲਿਨ ਦੀ ਘਾਟ ਹੈ ਸਰਕਾਰ ਦੇ ਵਿੱਚ ਉਸ ਕਾਰਨ ਡੈਸ਼ ਹੋ ਸਕਦਾ ਹੈ ਕੀ ਹੋ ਸਕਦਾ ਹੈ ਜੇ ਸਰਕਾਰ ਪੈਸੇ ਦੇ ਮਾਮਲੇ ਦੇ ਵਿੱਚ फाइनेंशियल मामले ਦੇ ਵਿੱਚ ਡਿਸਪੀਲਨ ਫਾਲੋ ਨਹੀਂ ਕਰੇਗੀ ਇੱਕ ਤੱਕ ਖਰਚਾ ਵੱਜੇਗਾ ਨਾਰਮਲ ਜੀ ਗੱਲ ਹੈ ਮਹंगाई ਵੀ ਵਧੇਗੀ ਠੀਕ ਹੈ ਤੇ ਦੋਨੋਂ ਕੰਮ ਹੋਣਗੇ ਯਾਨੀ ਇਹਦਾ ਆਨਸਰ ਫਿਰ ਕੀ ਹੋ ਗਿਆ ਇਹਦਾ ਆਨਸਰ ਹੋ ਗਿਆ ਸੀ ए ਐਂਡ ਬੀ ਇਹ ਦੋਨੋਂ ਹੋ ਜਾਣਗੇ ਬਈ ਠੀਕ ਹੈ ਨੈਕਸਟ ਹੈ ਜੀ ਨੈਸ਼ਨਲ ਹਾਈਡਰੋਜਨ ਮਿਸ਼ਨ ਇਹਦੀ ਸ਼ੁਰੂਆਤ ਕਦੋਂ ਹੋਈ ਸੀ ਨੈਸ਼ਨਲ ਹਾਈਡਰੋਜਨ ਮਿਸ਼ਨ ਹੈ ਜਿਹੜਾ ਬਈ ਇਹ 15 ਅਗਸਤ 2021 ਨੂੰ ਅਨਾਉਂਸ ਹੋਇਆ ਸੀਗਾ ਤੇ ਇਹਨੂੰ ਅਪਰੂਵਲ 4 ਜਨਵਰੀ 2022 ਨੂੰ ਮਿਲੀ ਹੈ ਹੈ ਡੇਟ ਹੈਗੀ ਹੈ ਦਾ ਨੈਸ਼ਨਲ ਗ੍ਰੀਨ ਹਾਈਡਰੋਜਨ ਮਿਸ਼ਨ ਵਾਸ ਅਪਰੂਵਡ ਬਾਈ ਯੂਨੀਅਨ ਕੈਬਨਿਟ ਓਨ 4 ਜਨਵਰੀ 2022 ਠੀਕ ਹੈ ਇਹਦਾ ਆਬਜੈਕਟਿਵ ਕੀ ਹੈ ਏਮ ਕੀ ਹੈ ਦੇਖੋ ਇਧਰ ਲਿਖਿਆ ਹੈ ਨਾ ਆਬਜੈਕਟਿਵ ਮੇਕਿੰਗ ਇੰਡੀਆ ਅ ਲੀਡਿੰਗ ਪ੍ਰੋਡਿਊਸਰ ਐਂਡ ਸਪਲਾਈਅਰ ਆਫ ਗ੍ਰੀਨ ਹਾਈਡਰੋਜਨ ਇਨ ਦਾ ਵਰਲਡ ਪੂਰੀ ਦੁਨੀਆ ਦੇ ਵਿੱਚ ਗ੍ਰੀਨ ਹਾਈਡਰੋਜਨ ਦਾ ਬਹੁਤ ਵੱਡਾ ਸਪਲਾਈਅਰ ਤੇ ਪ੍ਰੋਡਿਊਸਰ ਉਤਪਾਦਕ ਬਣਨਾ ਹੈ ਪਾਣੀ ਠੀਕ ਹੈ ਨਾ ਹਾਈਡਰੋਜਨ ਨੈਕਸਟ ਹੈ ਜੀ ਪੰਡਿਤ ਭਵਾਨੀ ਸ਼ੰਕਰ ਇੱਕ ਡੈਸ਼ ਵਾਦਕ ਹਨ ਤਾਂ ਇਹ ਪੰਡਿਤ ਭਵਾਨੀ ਸ਼ੰਕਰ ਹੈਗੇ ਆ ਜੀ ਇਹ ਕਿਹੜਾ ਇਨਸਟਰੂਮੈਂਟ ਬਜਾਂਦੇ ਆ ਇਹ ਤੁਸੀਂ ਦੇਖ ਸਕਦੇ ਹੋ ਇਹ ਟੋਲਕ ਨਹੀਂ ਹੈਗਾ ਇਹਨੂੰ ਆਪਾਂ ਬੋਲਦੇ ਆ ਪਖਵਾਜ ਕੀ ਬੋਲਦੇ ਆ ਇਹਨੂੰ ਪਖਵਾਜ ਬੋਲਦੇ ਆ ਯਾਦ ਰੱਖਣਾ ਨੈਕਸਟ ਆਓ ਕਿਸ ক্রিকেট ਖਿਡਾਰੀ ਦੀ ਆਤਮ ਕਥਾ ਦਾ ਸਿਰਲੇਖ ਹੈਗਾ ਆ 281 ਐਂਡ ਬਿਯੋਂਡ ਕਿਹੜਾ క్రికెਟਰ ਹੈ ਜਦੀ ਜੀਵਨੀ ਹੈਗੀ ਆ 281 ਐਂਡ ਬਿਯੋਂਡ ਤੇ 281 ਰਨ ਵੀਵੀਐਸ ਲਖਮਨ ਨੇ ਬਣਾਏ ਸੀਗੇ ਭਾਈ ਆਸਟ੍ਰੇਲੀਆ ਦੇ ਖਿਲਾਫ ਟੈਸਟ ਮੈਚ ਦੇ ਵਿੱਚ ਉਹਨਾਂ ਦੀ ਬੁੱਕ ਦਾ ਨਾਮ ਵੀ ਇਹੀ ਹੈ 281 ਐਂਡ ਬਿਯੋਂਡ ਠੀਕ ਹੈ ਚਲੋ ਅੱਗੇ ਮਤਿਆ ਰਾਮ ਰਿਆੰਗ ਜਿਹਨੂੰ ਸਤਿਆਰਾਮ ਵੀ ਕਿਹਾ ਜਾਂਦਾ ਹੈ ਉਹ ਕਿਹੜੇ ਲੋਕ ਨਾਚ ਵਿੱਚ ਯੋਗਦਾਨ ਲਈ ਪਦਮ ਸ਼੍ਰੀ ਨਾਲ ਸਨਮਾਨਿਤ ਕੀਤੇ ਗਏ ਹਨ ਠੀਕ ਹੈ ਪਦਮ ਸ਼੍ਰੀ ਮਿਲਿਆ ਇਹਨਾਂ ਨੂੰ ਮਤਿਆ ਰਾਮ ਰਿਆੰਗ ਨੂੰ ਜਾਂ ਸਤਿਆਰਾਮ ਨੂੰ ਇਹ ਕਿਹੜਾ ਲੋਕ ਨ੍ਰਿਤ ਕਰਦੇ ਆ ਇਹਨਾਂ ਦਾ ਸਬੰਧ ਹੈਗਾ ਜੀ ਹੋਜਾਗਰੀ ਦੇ ਨਾਲ ਕਿਹੜੇ ਡਾਂਸ ਦੇ ਨਾਲ ਹੈ ਹੋਜਾਗਰੀ ਹੋਜਾਗਰੀ ਕਿਹੜੀ ਸਟੇਟ ਦਾ ਲੋਕ ਡਾਂਸ ਹੈ ਬਹੁਤ ਇੰਪੋਰਟੈਂਟ ਹੈ ਡਾਇਰੈਕਟ ਪੁੱਛਿਆ ਜਾਂਦਾ ਹੈ ਹੋਜਾਗਰੀ ਹੈਗਾ ਤ੍ਰਿਪੁਰਾ ਦਾ ਤ੍ਰਿਪੁਰਾ ਸੁਪਰ ਇੰਪੋਰਟੈਂਟ ਹੈ ਠੀਕ ਹੈ ਯਾਦ ਰੱਖਣਾ ਇਹ ਯਾਦ ਰੱਖੋ ਗੂ ਸਾਡੀ ਇਹ ਹੈਗਾ ਜੀ ਤੇਲੰਗਨਾ ਦਾ ਸਤਰੀਆ ਅਸਾਮ ਬੀਹੂ ਵੀ ਅਸਾਮ ਦਾ ਹੈ ਸਤਰੀਆ ਤੇ ਬੀਹੂ ਅਸਾਮ ਦੇ ਹੈ ਉਸਾਡੀ ਤੇਲੰਗਾਨਾ ਦਾ ਹੋ ਜਾਗੀਰੀ ਤ੍ਰਿਪੁਰਾ ਦਾ ਚਲੋ ਅੱਗੇ ਆਜੋ theater ਕਲਾ ਦੇ ਤੌਰ ਤੇ ਨਵੇਂ ਰੂਪ ਵਿੱਚ ਪੇਸ਼ ਕੀਤੇ ਜਾਣ ਵਾਲੇ ਅਤੇ ਦੇਸ਼ ਵਿਦੇਸ਼ ਵਿੱਚ ਵਿਆਪਕ ਤੌਰ ਤੇ ਪ੍ਰਦਰਸ਼ਿਤ ਕੀਤੇ ਜਾਣ ਵਾਲੇ ਭਾਰਤ ਦੇ ਜਿਹੜੇ ਰਿਵਾਇਤੀ ਨਾਚ ਆ ਉਹਨਾਂ ਵਿੱਚੋਂ ਪਹਿਲਾ ਨਾਚ ਕਿਹੜਾ ਸੀਗਾ theater ਰੂਪ ਦੇ ਵਿੱਚ ਉਹਨੂੰ ਪ੍ਰਕਾਸ਼ਿਤ ਕਰਿਆ ਗਿਆ ਦੇਸ਼ ਵਿਦੇਸ਼ਾਂ ਦੇ ਵਿੱਚ ਪਹਿਲੀ ਵਾਰ ਪ੍ਰਦਰਸ਼ਿਤ ਕਰਿਆ ਗਿਆ ਗੱਲ ਹੋ ਰਹੀ ਹੈ ਜੀ ਭਰਤਨਾਟ్యం ਦੀ ਓਕੇ ਭਰਤਨਾਟ్యం ਤਾਮਿਲਨਾਡੂ ਦਾ ਡਾਂਸ ਹੈ ਕੁਚੀਪੁਡੀ ਆਂਧਰਾ ਦਾ ਕਥਕਲੀ ਕੇਰਲ ਦਾ ਮਨੀਪੂਰੀ ਮਨੀਪੁਰ ਦਾ ਹੋ ਗਿਆ ਨੈਕਸਟ ਹੇਠਾਂ ਦਿੱਤੇਆਂ ਵਿੱਚੋਂ ਕਿਹੜਾ ਇੱਕ ਮੌਸਮ ਵਿਗਿਆਨ ਯੰਤਰ ਹੈ ਜਿਸ ਵਿੱਚ ਇੱਕ ਮਾਪਣ ਵਾਲੀ ਟਿਊਬ ਨਾਲ ਜੁੜਿਆ ਹੋਇਆ ਇੱਕ ਫਨਲ ਆਕਾਰ ਦਾ ਕੈਲਕੂਲੇਟਰ ਹੁੰਦਾ ਹੈ ਜੋ ਨਿਸ਼ਚਿਤ ਸਮੇਂ ਤੇ ਪ੍ਰਤੀ ਯੂਨਿਟ ਖੇਤਰ ਵਿੱਚ ਬਾਰਿਸ਼ ਨੂੰ ਮਾਪਣ ਲਈ ਵਰਤਿਆ ਜਾਂਦਾ ਹੈ ਕਿਸੇ ਇੱਕ ਏਰੀਆ ਦੇ ਵਿੱਚ ਬਾਰਿਸ਼ ਨੂੰ ਮਾਪਣ ਦੇ ਲਈ ਜਪੱਕੀ ਵਰਤਦੇ ਆ ਤਾਂ ਉੱਥੇ ਆਪਾਂ ਵਰਤਦੇ ਆ ਬਈ ਰੇਨ ਗੇਜ ਕੀ ਵਰਤਦੇ ਆ ਰੇਨ ਗੇਜ ਵਰਤਦੇ ਆ ਇਹ ਇਨਸਟਰੂਮੈਂਟ ਮੈਂ ਤੁਹਾਨੂੰ ਕਰਾ ਚੁੱਕਿਆ ਐ ਸਾਇੰਸ ਦੀ ਕਲਾਸ ਦੇ ਵਿੱਚ ਜਿਹੜੇ ਬੱਚਿਆਂ ਨੇ ਸਾਇੰਸ ਦੀ ਕਲਾਸ ਨਹੀਂ ਦੇਖੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਈ ਉੱਥੇ ਸਾਇੰਸ ਦੀ ਕਲਾਸਾਂ ਚੱਲੀ ਹੋਈਆਂ ਨੇ 4-5 ਕਲਾਸਾਂ ਹੋ ਚੁੱਕੀਆਂ ਆ ਉਹ ਜ਼ਰੂਰ ਦੇਖਣ ਸਾਰੇ ਇਨਸਟਰੂਮੈਂਟ ਮੈਂ ਕਰਾ ਚੁੱਕਿਆ ਐ ਇਨਸਟਰੂਮੈਂਟ ਦੇ ਉੱਤੇ ਕੁਐਸਚਨ ਬਹੁਤ ਪੁੱਛੇ ਜਾਂਦੇ ਆ ਨੈਕਸਟ ਐ ਜੀ ਸਮੁੰਦਰ ਦੇ ਪਾਣੀ ਦੀ ਖਾਰੇਪਣ ਦੀ ਗਣਨਾ ਹਨਾ ਸਮੁੰਦਰ ਦਾ ਪਾਣੀ ਤੁਹਾਨੂੰ ਪਤਾ ਖਾਰਾ ਹੁੰਦਾ ਹੈ ਹਨਾ ਖਾਰਾਪਣ ਜ਼ਿਆਦਾ ਹੁੰਦਾ ਉਹਦੇ ਵਿੱਚ ਸਮੁੰਦਰ ਦੇ ਪਾਣੀ ਦੇ ਖਾਰੇਪਣ ਦੀ ਗਣਨਾ ਸਮੁੰਦਰੀ ਪਾਣੀ ਦੇ ਡੈਸ਼ ਗ੍ਰਾਮ ਵਿੱਚ ਘੁਲਣ ਵਾਲੇ ਲੂਣ ਲੂਣ ਨੂੰ ਵੀ ਆਪਾਂ ਗ੍ਰਾਮ ਦੇ ਵਿੱਚ ਹੀ ਦੇਖਣਾ ਠੀਕ ਹੈ ਜੀ ਮਾਤਰਾ ਵਜੋਂ ਕੀਤੀ ਜਾਂਦੀ ਹੈ ਯਾਨੀ ਕਿ ਸਮੁੰਦਰ ਦਾ ਆਪਾਂ ਕਿੰਨੇ ਗ੍ਰਾਮ ਪਾਣੀ ਲਵਾਂਗੇ ਤੇ ਉਹਦੇ ਵਿੱਚ ਨਮਕ ਵੀ ਦੇਖਾਂਗੇ ਵੀ ਕਿੰਨੇ ਗ੍ਰਾਮ ਹੈ ਫਿਰ ਆਪਾਂ ਨੂੰ ਪਤਾ ਲੱਗ ਜਾਏਗਾ ਸਮੁੰਦਰ ਦੇ ਪਾਣੀ ਦੇ ਖਾਰੇਪਣ ਬਾਰੇ ਠੀਕ ਹੈ ਤਾਂ ਆਪਾਂ ਪਤਾ ਕੀ ਕਰਦੇ ਆ ਆਪਾਂ ਸਮੁੰਦਰ ਦਾ 1000 ਗ੍ਰਾਮ ਹੋ ਗਿਆ ਯਾਨੀ 1 ਕਿਜੀ ਠੀਕ ਹੈ ਯਾਨੀ ਕਿ 1 ਕਿਜੀ ਹੋ ਗਿਆ ਸਿੰਪਲ ਇਹਦੇ ਵਿੱਚ ਦੇਖਾਂਗੇ ਨਮਕ ਦੀ ਮਾਤਰਾ ਕਿੰਨੀ ਹੈ ਸਮੁੰਦਰ ਦੇ ਪਾਣੀ ਦੇ 1 ਕਿਜੀ ਵਿੱਚ 1000 ਗ੍ਰਾਮ ਦੇ ਵਿੱਚ ਕਿੰਨੇ ਗ੍ਰਾਮ ਨਮਕ ਹੈ ਇਸ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਸਮੁੰਦਰ ਦਾ ਖਾਰਾਪਣ ਜੀ ਇੱਕ ਇੱਕ 1 ਕਿਜੀ ਆ 1000 ਗ੍ਰਾਮ ਦੇ ਵਿੱਚ ਜਿੰਨਾ ਨਮਕ ਜ਼ਿਆਦਾ ਹੋਏਗਾ ਉਹਦੀ ਸੈਲਿਨਿਟੀ ਓਨੀ ਜ਼ਿਆਦਾ ਹੋਏਗੀ ਸਮੁੰਦਰ ਦੇ ਪਾਣੀ ਦਾ ਖਾਰਾਪਣ ਓਨਾ ਜ਼ਿਆਦਾ ਹੋਏਗਾ ਠੀਕ ਹੈ ਸਭ ਤੋਂ ਜ਼ਿਆਦਾ ਖਾਰਾ ਪਾਣੀ ਡੈడ్ ਸੀ ਦਾ ਹੈ ਜੀ ਮ੍ਰਿਤ ਸਾਗਰ ਡੈడ్ ਸੀ ਇਹ ਕਿੱਥੇ ਹੈ ਡੈడ్ ਸੀ ਇਜ਼ਰਾਈਲ ਅਤੇ ਜੋਰਡਨ ਦੇਸ਼ ਦੇ ਬਾਰਡਰ ਤੇ ਠੀਕ ਹੈ ਡੈడ్ ਸੀ ਦਾ ਖਾਰਪਨ ਬਹੁਤ ਜ਼ਿਆਦਾ ਹੈ ਇਹਦੇ ਚ ਬੰਦਾ ਡੁੱਬਦਾ ਨਹੀਂ ਠੀਕ ਹੈ ਚਲੋ ਨੈਕਸਟ ਹੈਟਾ ਲਿਖਿਆਂ ਵਿੱਚੋਂ ਕਿਹੜੀ ਕਿਤਾਬ ਅਵਨੀ ਦੋਸ਼ੀ ਦੁਆਰਾ ਲਿਖੀ ਗਈ ਹੈ ਅਵਨੀ ਦੋਸ਼ੀ ਦੁਆਰਾ ਲਿਖੀ ਗਈ ਕਿਤਾਬ ਕਿਹੜੀ ਹੈ ਬਹੁਤ ਇੰਪੋਰਟੈਂਟ ਹੈ ਡਾਇਰੈਕਟ ਪੁੱਛਿਆ ਜਾਂਦਾ ਹੈ ਇਹ ਹੈਗੀ ਹੈ ਜੀ ਬਰਨਟ 슈ਗਰ ਬਰਨ 슈ਗਰ ਕਿਤਾਬ ਅਵਨੀ ਦੋਸ਼ੀ ਨੇ ਲਿਖੀ ਹੈ ਬੁਕਰ ਪ੍ਰਾਈਜ਼ ਵਾਸਤੇ ਵੀ ਨੋਮੀਨੇਟ ਹੋਈ ਸੀ ਇਹ ਕਿਤਾਬ ਠੀਕ ਹੈ ਬਾਕੀ ਜਿਹੜੀ ਇਹ ਕਿਤਾਬ ਹੈਗੀ ਹੈ ਇਨ ਅਦਰ ਵਰਡਸ ਇਹ ਲਿਖੀ ਹੈ ਜੁਮਫਾ ਲਹਿਰੀ ਨੇ ਜੁਮਫਾ ਲਹਿਰੀ ਇੰਡੀਅਨ ਓਰੀਜਿਨ ਦਾ ਬੰਦਾ ਹੈ ਬਟ ਅਮਰੀਕਨ ਹੈ ਇਹ ਵੀ ਜੁਮਫਾ ਲਹਿਰੀ ਦੀ ਹੈ ਇਹ ਵੀ ਜੁਮਫਾ ਸਾਰੀ ਜੁਮਫਾ ਲਹਿਰੀ ਦੀਆਂ ਬਸ ਬਰਨਟ 슈ਗਰ ਜਿਹੜੀ ਅਵਨੀ ਦੋਸ਼ੀ ਦੀ ਹੈ ਨੈਕਸਟ ਆਪ ਉਮੰਤ ਆਤ ਇੱਕ ਲੋਕ ਨਾਚ ਰੂਪ ਹੈ ਜੋ ਡੈਸ਼ ਵਿੱਚ ਪੇਸ਼ ਕੀਤਾ ਜਾਂਦਾ ਹੈ ਇੱਕ ਫੋਕ ਡਾਂਸ ਹੈ ਬਈ ਉਮਤ ਆਤ ਇਹ ਕਿੱਥੇ ਕਰਿਆ ਜਾਂਦਾ ਹੈ ਇਹ ਕਰਿਆ ਜਾਂਦਾ ਹੈ ਪੁਰਗ ਦੇ ਵਿੱਚ ਕਿੱਥੇ ਕਰਿਆ ਜਾਂਦਾ ਹੈ ਪੁਰਗ ਦੇ ਵਿੱਚ ਇਹ ਡਾਂਸ ਕਰਿਆ ਜਾਂਦਾ ਹੈ ਪੁਰਗ ਕਿਹੜੀ ਸਟੇਟ ਦੇ ਵਿੱਚ ਹੈ ਦੱਸੋ ਕਮੈਂਟ ਕਰਕੇ ਠੀਕ ਹੈ ਬਾਕੀ ਇੰਪੋਰਟੈਂਟ ਇਨਫੋਰਮੇਸ਼ਨ ਹੈ ਤੁਹਾਡੇ ਵਾਸਤੇ ਬਈ ਜਿਹੜੇ ਬੱਚੇ ਨਵੇਂ ਆ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਦੱਸ ਰਿਹਾ ਕਿ ਫ੍ਰੀ ਟੈਸਟ ਆਪਾਂ ਕੰਡਕਟ ਕਰਦੇ ਹਾਂ ਐਵਰੀ ਸੰਡੇ ਪ੍ਰਤਾਪ ਅਕੈਡਮੀ ਐਪ ਦੇ ਉੱਤੇ ਐਪ ਜਰੂਰ ਡਾਊਨਲੋਡ ਕਰ ਲਓ ਪਲੇ ਸਟੋਰ ਤੇ ਜਾਓ ਆਪਣੇ ਪ੍ਰਤਾਪ ਅਕੈਡਮੀ ਲਿਖ ਕੇ ਸਰਚ ਕਰੋ ਇਹੋ ਜੀ ਐਪ ਆਏਗੀ ਨੂੰ ਡਾਊਨਲੋਡ ਕਰਕੇ ਰੱਖੋ ਠੀਕ ਹੈ ਆਈਫੋਨ ਵਾਲੇ ਮਾਈ ਇੰਸਟੀਟਿਊਟ ਐਪ ਡਾਊਨਲੋਡ ਕਰ ਲਓ ਠੀਕ ਹੈ ਤੇ ਟੈਸਟ ਦੇਣੇ ਹੁੰਦੇ ਆ ਤਾਂ ਟੈਸਟ ਦਾ ਲਿੰਕ ਤੁਹਾਨੂੰ ਪ੍ਰਤਾਪ ਅਕੈਡਮੀ ਟੈਲੀਗ੍ਰam ਚੈਨਲ ਤੇ ਮਿਲ ਜਾਂਦਾ ਹੈ ਇਸ ਤੇ ਪਤਾ ਲੱਗ ਜਾਏਗਾ ਤੁਹਾਨੂੰ ਵੀ ਟੈਸਟ ਸ਼ੁਰੂ ਹੋ ਗਿਆ ਜਾਂ ਟੈਸਟ ਦਾ ਲਿੰਕ ਮਿਲ ਜੇਗਾ ਬਸ ਐਪ ਖੋਲੋ ਤੇ ਟੈਸਟ ਆਪਣਾ ਦਿਓ ਓਕੇ ਬਾਕੀ ਕੋਰਸ ਵੀ ਚੱਲਦੇ ਆ ਇੱਕ ਕੋਰਸ ਹੈਗੇ ਆ ਮੈਥ ਦਾ ਹੈ ਜੀਕੇ ਦਾ ਹੈ ਵੀਡੀਓ ਦਾ ਹੈਗਾ ਆ ਪੰਜਾਬ ਪੁਲਿਸ ਦਾ ਬੈਚ ਹੈ ਸਾਰੀ ਬੈਚ ਹੈ ਗਿਆ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਠੀਕ ਹੈ ਚਲੋ ਅੱਗੇ ਆਓ ਹਾਂਜੀ ਨੈਕਸਟ ਕੁਐਸਚਨ ਕੀ ਹੈ 19ਵੀਂ ਸਦੀ ਦੇ ਹੇਟ ਲਿਖੇ ਖਿਆਲ ਗਾਇਕਾਂ ਵਿੱਚੋਂ ਕਿਸ ਨੂੰ ਭਾਰਤ ਦੇ ਆਖਰੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦੁਆਰਾ ਤਨਰਸ ਦਾ ਖਿਤਾਬ দেয়া ਗਿਆ ਤਾਂ ਮੁਗਲਾਂ ਦਾ ਆਖਰੀ ਰਾਜਾ ਸੀਗਾ ਜੀ ਬਾਦੁਰ ਸ਼ਾਹ ਜ਼ਫਰ ਉਹਨੇ ਇੱਕ ਖਿਆਲ ਗਾਇਕ ਖਿਆਲ ਵੀ ਇੱਕ ਤਰ੍ਹਾਂ ਦੀ ਟਾਈਪ ਹੁੰਦੀ ਹੈ ਸਿੰਗਿੰਗ ਦੀ ਠੀਕ ਹੈ ਜਿਵੇਂ ਹਿੰਦੁਸਤਾਨੀ ਕਲਾਸੀਕਲ ਹੋ ਗਿਆ ਖਿਆਲ ਹੋ ਗਿਆ ਹਨਾ ਤਾਂ ਖਿਆਲ ਦਾ ਇੱਕ ਗਾਇਕ ਸੀਗਾ ਉਹਨੂੰ ਤਨਰਸ ਦਾ ਟਾਈਟਲ ਦੇਆ ਬਹਾਦਰ ਸਾ ਜਫਰ ਨੇ ਉਸ ਬੰਦੇ ਦਾ ਨਾਮ ਕੀ ਸੀਗਾ ਉਸ ਬੰਦੇ ਦਾ ਨਾਮ ਸੀਗਾ ਜੀ ਮੀਰ ਕুতুব ਬਖਸ਼ ਮੀਰ ਕুতুব ਬਖਸ਼ ਯਾਦ ਰੱਖਣਾ ਹੈ ਨੈਕਸਟ ਹੈ ਜੀ 2021 ਵਿੱਚ ਸਾਹਿਤ્ય ਲਈ ਨੋਬਲ ਪੁਰਸਕਾਰ ਕਿਸ ਨੂੰ ਮਿਲਿਆ ਸਾਹਿਤ્ય ਵਾਸਤੇ ਨੋਬਲ ਪੁਰਸਕਾਰ ਜਿਹੜਾ 2021 ਚ ਮਿਲਿਆ ਸੀਗਾ ਉਹ ਮਿਲਿਆ ਸੀਗਾ ਜੀ ਅਬਦੁਲ ਰਜ਼ਾਕ ਗੁਰਨਾ ਨੂੰ ਕਿਹਨੂੰ ਮਿਲਿਆ ਅਬਦੁਲ ਰਜ਼ਾਕ ਗੁਰਨਾ ਨੂੰ ਮਿਲਿਆ ਆਪਾਂ ਨੂੰ 2022 ਦਾ ਯਾਦ ਰੱਖਣਾ ਹੈ ਬਹੁਤ ਇੰਪੋਰਟੈਂਟ ਹੈ ਭਾਈ ਬਹੁਤ ਹੀ ਜ਼ਿਆਦਾ 2022 ਦਾ ਅਵਾਰਡ ਫਰਾਂਸ ਦੀ ਐਨੀ ਅਰਨੇਕਸ ਨੂੰ ਮਿਲਿਆ ਬਹੁਤ ਇੰਪੋਰਟੈਂਟ ਹੈ ਪੇਪਰ ਚ ਡਾਇਰੈਕਟ ਕੁਐਸਚਨ ਪੁੱਛਿਆ ਜਾ ਸਕਦਾ ਹੈ ਠੀਕ ਹੈ ਚਲੋ ਨੈਕਸਟ ਕੁਐਸਚਨ ਤੇ ਆਉਂਦੇ ਹਾਂ ਭਾਰਤ ਦੇ ਮਸ਼ਹੂਰ ਸੰਗੀਤਕਾਰ ਹੈਗੇ ਆ ਜੀ ਐਸ ਬਾਲਾਚੰਦਰਨ ਉਹ ਫੋਟੋ ਤੁਸੀਂ ਦੇਖ ਸਕਦੇ ਹੋ ਉਹ ਕਿਹੜਾ ਸਾਜ਼ ਵਜਾਉਣ ਲਈ ਜਾਣੇ ਜਾਂਦੇ ਆ ਇਹਨਾਂ ਨੇ ਹੱਥ ਦੇ ਵਿੱਚ ਜਿਹੜਾ ਸਾਜ਼ ਫਗੜਿਆ ਹੋਇਆ ਮਿਊਜ਼ਿਕ ਇਨਸਟਰੂਮੈਂਟ ਉਹਨੂੰ ਆਪਾਂ ਬੋਲਦੇ ਹਾਂ ਵੀਨਾ ਕੀ ਬੋਲਦੇ ਆ ਵੀਨਾ ਜਿਹੜਾ ਤੁਸੀਂ ਸਰਸਵਤੀ ਮਾਤਾ ਦੀ ਫੋਟੋ 'ਚ ਦੇਖਦੇ ਹੋ ਨਾ ਵੀਨਾ ਉਹ ਇਨਸਟਰੂਮੈਂਟ ਹੀ ਹੈਗਾ ਅੰਡਰਸਟੈਂਡ ਚਲੋ ਅੱਗੇ ਆਓ ਕਾਲੀ ਮਮਨੀ ਪੁਰਸਕਾਰ ਭਾਰਤ ਦੇ ਕਿਹੜੇ ਰਾਜਾਂ ਵਿੱਚੋਂ ਦਿੱਤਾ ਜਾਂਦਾ ਹੈ ਤਾਂ ਇੱਕ ਸਟੇਟ ਹੈ ਜਿਹੜੀ ਪੁਰਸਕਾਰ ਦਿੰਦੀ ਹੈ ਉਸ ਪੁਰਸਕਾਰ ਦਾ ਨਾਂ ਹੈਗਾ ਜੀ ਕਾਲੀ ਮਮਨੀ ਪੁਰਸਕਾਰ ਇਹ ਤਾਮਿਲਨਾਡੂ ਦੀ ਗਵਰਨਮੈਂਟ ਦੁਆਰਾ ਦਿੱਤਾ ਜਾਂਦਾ ਹੈ ਕਿਹਦੇ ਦੁਆਰਾ ਤਾਮਿਲਨਾਡੂ ਦੁਆਰਾ ਚਲੋ ਨੈਕਸਟ ਆਓ ਕਿਸ ਭਾਰਤੀ ਖਿਡਾਰੀ ਨੂੰ ਲੋਰੀਅਸ ਵਰਲਡ ਬ੍ਰੇਕਥਰੂ ਹਾਂ ਲੋਰਸ ਵਰਲਡ ਬ੍ਰੇਕਥਰ ਆਫ ਦੀ ਇਅਰ ਅਵਾਰਡ 2000 ਲਈ ਨਾਮਜ਼ਦ ਕਰਿਆ ਗਿਆ ਠੀਕ ਹੈ 2022 ਲਈ ਕਿਸ ਇੰਡੀਅਨ ਨੂੰ ਇਸ ਅਵਾਰਡ ਵਾਸਤੇ ਨੋਮੀਨੇਟ ਕਰਿਆ ਗਿਆ ਸੀਗਾ ਉਹ ਹੈਗਾ ਜੀ 골ਡਨ ਬாய் 골ਡਨ ਬாய் ਕਿਹਨੂੰ ਕਿਹਾ ਜਾਂਦਾ ਹੈ ਨੀਰਜ ਚੋਪੜਾ ਨੂੰ ਕਿਹਾ ਜਾਂਦਾ ਕਿਹਨੂੰ ਕਿਹਾ ਜਾਂਦਾ ਨੀਰਜ ਚੋਪੜਾ ਨੂੰ ਕਿਹਾ ਜਾਂਦਾ ਚਲੋ ਨੈਕਸਟ ਆਵ ਪਦਮ ਪੁਰਸਕਾਰ ਅਵਾਰਡੀ ਹੈਗੀ ਹੈ ਜੀ 우마 ਸੰਕਰ ਡਾਂਸਰ ਹੈ ਕੋਈ ਦੱਸਣਾ ਹੈ ਕਿਹੜਾ ਡਾਂਸ ਕਰਦੀ ਹੈ ਠੀਕ ਹੈ ਪਦਮ ਪੁਰਸਕਾਰ ਮਿਲ ਚੁਕਿਆ ਹੈ ਬਹੁਤ ਵੱਡਾ ਨਾਮ ਹੈਗਾ ਇਹਨਾਂ ਦਾ ਕਥਕ ਕਲੀ ਡਾਂਸ ਦੇ ਵਿੱਚ ਠੀਕ ਹੈ ਤੇ ਕਥਕ ਕਲੀ ਡਾਂਸ ਕਿੱਥੇ ਕਰਿਆ ਜਾਂਦਾ ਹੈ ਇਹ ਕਰਿਆ ਜਾਂਦਾ ਹੈ ਕੇਰਲ ਦੇ ਵਿੱਚ ਕਿੱਥੇ ਕਰਿਆ ਜਾਂਦਾ ਹੈ ਕੇਰਲ ਦੇ ਵਿੱਚ ਨੈਕਸਟ ਜੀ ਸੀਜ਼ਨ ਬਾਈ ਛਡੂਰਾਮ ਦੇਵਾ ਗਨ ਰੀਤੂ ਬਾਰਮਾ 우ਸ਼ਾ ਬਰਲੇ ਕਾਂਤੀਬਾਈ ਚੇਲਕ ਲੋਕ ਸੰਗੀਤ ਦੇ ਹਿੱਟ ਲਿਖੇ ਰੂਪਾਂ ਵਿੱਚ ਕਿਸ ਲਈ ਮਸ਼ਹੂਰ ਹਨ ਤਾਂ 3-4 ਬੰਦੇ ਦੇ ਨਾਂ ਦੱਸੇ ਹੋਏ ਆ ਜੀ ਤੀਜਨ ਬਾਈ ਹੋ ਗਿਆ ਝੜੂਰਾਮ ਦੇਵਗਨ ਹੋ ਗਿਆ ਰਿਤੂ ਬਰਮਾ ਊਸ਼ਾ ਬਰਲੇ ਇਹ ਇੱਕ ਤਰ੍ਹਾਂ ਦਾ ਲੋਕ ਸੰਗੀਤ ਹੈ ਉਹਦੇ ਵਾਸਤੇ ਬਹੁਤ ਜ਼ਿਆਦਾ ਫੇਮਸ ਹੈ ਉਹ ਲੋਕ ਸੰਗੀਤ ਛਤੀਸਗੜ੍ਹ ਦੇ ਵਿੱਚ ਫੇਮਸ ਹੈ ਤੇ ਉਹਦਾ ਨਾਂ ਹੈਗਾ ਜੀ ਪਾਂਡਾ ਬਣੀ ਕਿ ਨਾਂ ਉਹਦਾ ਪਾਂਡਾ ਬਣੀ ਛਤੀਸਗੜ੍ਹ ਤੇ ਉਹਦੇ ਆਸ-ਪਾਸ ਦੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਫੇਮਸ ਹੈ ਨੈਕਸਟ ਆਓ ਜੀ ਖੇਟਾ ਲਿੱਖਿਆ ਵਿੱਚੋਂ ਕਿਹੜੀ ਕਹਾਸੀ ਖੇੜ ਹੈ ਉਹ ਇਹ ਫੋਟੋ ਬਾਅਦ ਚ ਲਾਣੀ ਸੀ ਕਿ ਪਹਿਲਾਂ ਲੱਗ ਗਈ ਚਲੋ ਕੋਈ ਨਹੀਂ ਐਡਵੈਂਚਰ sport ਐਡਵੈਂਚਰ sport ਕਿਹੜੀ ਹੈ ਜੀ ਤਾਂ ਫੋਟੋ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਫਿਰ ਤਾਂ ਬਿਲਕੁਲ ਪੈਰਾਗਲਾਈਡਿੰਗ ਇਹਨੂੰ ਆਪਾਂ ਬੋਲਦੇ ਹਾਂ ਕੀ ਬੋਲਦੇ ਹਾਂ ਪੈਰਾਗਲਾਈਡਿੰਗ ਓਕੇ ਠੀਕ ਹੈ ਇੱਕ ਕੁਐਸਚਨ ਆਇਆ ਹੋਇਆ ਹੈ ਲਾਸਟ ਇਅਰ ਸੀਜੀਐਲ ਚ ਪੁੱਛਿਆ ਹੋਇਆ ਸੀ ਇਹ ਕੁਐਸਚਨ ਠੀਕ ਹੈ ਪੈਰਾਗਲਾਈਡਿੰਗ ਨੈਕਸਟ ਡੈਸ਼ ਤੋਂ ਅਨੁਭਵੀ ਕਲਾਸੀਕਲ ਗੁਰੂ ਜਤਿਨ ਗੋਸਵਾਮੀ ਨੂੰ 2017 ਵਿੱਚ ਰਾਸ਼ਟਰੀ ਕਾਲੀਦਾਸ ਸਨਮਾਨ ਦਿੱਤਾ ਗਿਆ ਜਤਿੰਦ ਗੋਸਵਾਮੀ ਗੁਰੂ ਹੈਗੇ ਆ ਜੀ ਉਹਨਾਂ ਨੂੰ ਕਾਲੀਦਾਸ ਸਨਮਾਨ ਮਿਲਿਆ 2017 ਦੇ ਵਿੱਚ ਉਹ ਕਿਹੜੀ ਸਟੇਟ ਤੋਂ ਸੀਗੇ ਉਹ ਸੀਗੇ ਅਸਾਮ ਤੋਂ ਕਿੱਥੋਂ ਸੀਗੇ ਅਸਾਮ ਤੋਂ ਨੈਕਸਟ ਹੈ ਜੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਮਾਰਕ ਕਰ ਲੋ ਇਹ ਡੈਫੀਨੇਟਲੀ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ ਪੇਪਰ ਦੇ ਵਿੱਚ ਸੰਘਾਈ ਸਹਿਯੋਗ ਸੰਗਠਨ SCO ਠੀਕ ਹੈ ਇਹਦਾ ਹੈੱਡ ਕੁਆਰਟਰ ਕਿੱਥੇ ਹੈ ਤਾਂ ਸੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਇਹ ਸੰਗਠਨ ਪਹਿਲਾਂ 5 ਦੇਸ਼ਾਂ ਨੇ ਮਿਲ ਕੇ ਬਣਾਇਆ ਸੀਗਾ ਫਿਰ ਇਹਦੇ ਵਿੱਚ 6ਵਾਂ ਜੁੜਿਆ ਫਿਰ ਇੰਡੀਆ ਪਾਕਿਸਤਾਨ ਜੁੜ ਕੇ ਮੈਂਬਰ ਹੋ ਗਏ 8 8 ਫੁੱਲ ਫਲੈਜ ਮੈਂਬਰ ਹੈ ਇਹਦੇ ਇਸ ਤੋਂ ਇਲਾਵਾ ਕੁਝ ਹੋਰ ਆਬਜ਼ਰਵਰ ਸਟੇਟਸ ਵੀ ਹੈਗੀਆਂ ਜਿਵੇਂ ਨਵੀਂ-ਨਵੀਂ ਜੁੜੀ ਹੈ ਈਰਾਨ ਵਗੈਰਾ ਹਨਾ ਤਾਂ ਇਹਦਾ ਹੈੱਡਕੁਆਰਟਰ ਹੈ ਬੀਜਿੰਗ ਦੇ ਵਿੱਚ ਇਹਦਾ ਹੈੱਡਕੁਆਰਟਰ ਕਿੱਥੇ ਹੈ ਬੀਜਿੰਗ ਦੇ ਵਿੱਚ ਹੈ ਬਈ ਬਹੁਤ ਜ਼ਰੂਰੀ ਹੈ ਯਾਦ ਰੱਖਣਾ ਇਹਦੇ ਬਾਰੇ ਠੀਕ ਹੈ ਚਾਈਨਾ ਨੇ ਮੇਨਲੀ ਬਣਾਇਆ ਸੀਗਾ ਚਾਈਨਾ ਤੇ ਰਸ਼ੀਆ ਉਜ਼ਬੇਕਿਸਤਾਨ ਇਹਨਾਂ ਸਾਰਿਆਂ ਨੇ ਮਿਲ ਕੇ ਬਣਾਇਆ ਸੀਗਾ ਇਹ ਚਲੋ ਨੈਕਸਟ ਆਉ। ਹੈਠਾ ਦਿੱਤੇ ਸਤਾਨਾ ਵਿੱਚੋਂ ਫੇਸਬੁਕ ਹੈਡਕੁਆਟਰ ਕਿੱਥੇ ਹੈ? ਫੇਸਬੁਕ ਦਾ ਹੈਡਕੁਆਟਰ ਹੈਗਾ ਜੀ ਕੈਲੀਫੋਰਨੀਆ ਅਮਰੀਕਾ ਦੇ ਵਿੱਚ ਸਿੰਪਲ ਜਿਹਾ ਕੁਐਸਚਨ ਸੀਗਾ ਜੇ ਆਪਾਂ ਆਪਸ਼ਨ ਦੇ ਹਿਸਾਬ ਨਾਲ ਦੇਖੀਏ ਹਨਾ ਜੇ ਸਾਰੇ ਆਪਸ਼ਨ ਅਮਰੀਕਾ ਦੇ ਹੁੰਦੇ ਫਿਰ ਕਨਫਿਊਜ਼ਨ ਹੋ ਸਕਦੀ ਸੀਗੀ ਐਥੇ ਤਾਂ ਸਿੰਪਲ ਹੈ। ਹਾਂਜੀ ਭਾਰਤੀ ਸੰਵਿਧਾਨ ਦਾ ਆਰਟੀਕਲ 30 ਕਿਸ ਨਾਲ ਸੰਬੰਧਿਤ ਹੈ? ਆਰਟੀਕਲ 30 ਯਾਨੀ ਇਹ ਮੌਲਿਕ ਅਧਿਕਾਰਾਂ ਵਾਲੇ ਚੈਪਟਰ ਤੋਂ ਕੁਐਸਚਨ ਆਇਆ ਹੋਇਆ ਹੈ। ਠੀਕ ਹੈ। 29 ਤੇ 30 ਇਹ ਜਿਹੜੇ ਹੈਗੇ ਆ ਇਹ ਮਾਈਨੋਰਟੀ ਦੇ ਨਾਲ ਸਬੰਧਤ ਹੈ ਹਨਾ ਠੀਕ ਹੈ ਤਾਂ ਦੇਖਦੇ ਆਪਾਂ ਰਾਈਟ ਟੂ এডਿਕੇਸ਼ਨ ਤਾਂ ਹੈ ਨਹੀਂ ਰਾਈਟ ਆਫ ਮਾਈਨੋਰिटीज टू ਇ ਸਟੈਬਲਿਸ਼ ਐਂਡ ਐਡਮਿਨਿਸਟਰ এডਿਕੇਸ਼ਨ ਇੰਸਟੀਟਿਊਸ਼ਨ ਜਿਹੜੇ ਭਾਈ ਅਲਪ ਸੰਖਿਆਕ ਹੁੰਦੇ ਆ ਘੱਟ ਗਿਣਤੀ ਵਾਲੇ ਠੀਕ ਹੈ ਉਹ ਆਪਣੇ ਕਲਚਰ ਨੂੰ ਹਨਾ ਪ੍ਰਮੋਟ ਕਰਨ ਵਾਸਤੇ এডਿਕੇਸ਼ਨ ਇੰਸਟੀਟਿਊਟ ਖੋਲ ਸਕਦੇ ਆ ਜਿਵੇਂ ਮਦਰਸਾ ਵਗੈਰਾ ਮੁਸਲਮਾਨਸ ਨੇ ਖੋਲਿਆ ਹੁੰਦਾ ਹੈ ਹਨਾ ਤਾਂ ਇਹਦਾ ਰਾਈਟ ਆਨਸਰ ਬੀ ਹੈ ਬਾਈ ਫਿਰ ਠੀਕ ਹੈ ਜ਼ਿੰਮੇਵਾਰੀ ਪ੍ਰਥਾ ਕਿਨੇ ਸ਼ੁਰੂ ਕਰੀ ਹੈ ਜੀ ਜ਼ਿੰਮੇਵਾਰੀ ਪ੍ਰਥਾ ਤਾਂ ਇਹਦਾ ਆਨਸਰ ਆ ਜਾਏਗਾ ਕਾਰਨਵਾਲਿਸ ਬੰਗਾਲ ਦੇ ਵਿੱਚ ਇਹਨਾਂ ਨੇ ਪਰਮਨੈਂਟ ਸੈਟਲਮੈਂਟ ਜਿਹੜਾ ਸ਼ੁਰੂ ਕਰਿਆ ਸੀਗਾ ਕਾਰਨਵਾਲਿਸ ਨੇ ਉਹ ਇੱਕ ਤਰ੍ਹਾਂ ਦੀ ਜ਼ਿੰਮੇਵਾਰੀ ਪ੍ਰਥਾ ਹੀ ਸੀਗੀ ਠੀਕ ਹੈ ਮਾਡਰਨ ਹਿਸਟਰੀ ਤੋਂ ਇਹ ਕੁਐਸਚਨ ਸੀਗਾ ਲਾਸਟ ਕੁਐਸਚਨ ਆਫ ਦਾ ਡੇ ਨੈਸ਼ਨਲ ਇਲੈਕਟ੍ਰੋਨਿਕ ਟੋਲ ਕਲੈਕਸ਼ਨ ਐਨ ਈਟੀਸੀ ਪ੍ਰੋਗਰਾਮ ਜਿਹੜਾ ਸੀਗਾ ਬਈ ਟੋਲ ਨੂੰ ਆਟੋਮੈਟਿਕਲੀ ਕਰਿਆ ਗਿਆ ਸਾਰਿਆਂ ਨੂੰ ਠੀਕ ਹੈ ਉਦੇ ਤਹਿਤ ਫਾਸਟ ਟੈਗ ਸ਼ੁਰੂ ਕਰੇ ਗਏ ਹਨ ਪਤਾ ਹੈ ਨਾ ਸਭ ਨੂੰ ਗੱਡੀਆਂ ਦੇ ਉੱਤੇ ਫਾਸਟ ਟੈਗ ਲਗਵਾਏ ਆ ਸਾਰਿਆਂ ਨੇ ਉਹ ਫਾਸਟ ਟੈਗ ਨੂੰ ਕਿਹਦੇ ਦੁਆਰਾ ਬਣਾਇਆ ਗਿਆ ਸਿੰਪਲ ਜਿਹਾ ਕੁਐਸਚਨ ਹੈ ਜਿਹੜੇ ਗੱਡੀਆਂ ਦੇ ਉੱਤੇ ਫਾਸਟ ਟੈਗ ਲੱਗਦੇ ਆ ਉਹਨਾਂ ਨੂੰ ਕੌਣ ਬਣਾਉਂਦਾ ਹੈ ਫਾਸਟ ਟੈਗ ਬਣਾਉਂਦਾ ਹੈ ਜੀ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਐਨ ਪੀ ਸੀ ਆਈ ਠੀਕ ਹੈ ਕੈਟ ਕੁਐਸਚਨ ਹੈ ਯਾਦ ਰੱਖਿਓ ਠੀਕ ਹੈ ਜੀ ਇਹ 30 ਕੁਐਸਚਨ ਆਪਣੇ ਹੋ ਚੁੱਕੇ ਆ ਕੋਈ ਡਾਊਟ ਕੋਈ ਕਵਿਰੀ ਹੈ ਮੈਨੂੰ ਇੱਥੇ ਮੈਸੇਜ ਕਰ ਸਕਦੇ ਹੋ ਤੇ ਕੰਟੈਕਟ ਕਰ ਸਕਦੇ ਹੋ ਮੇਰੇ ਨਾਲ ਬਈ ਇਹ ਮੇਰਾ ਇੰਸਟਾਗ੍ਰam ਅਕਾਊਂਟ ਹੈ ਜਰੂਰ ਫੋਲੋ ਕਰ ਲਓ ਇਹ ਟੈਲੀਗ੍ਰam ਚੈਨਲ ਹੈ ਜੀ ਜੇ ਟੈਲੀਗ੍ਰam ਯੂਜ਼ ਕਰਦੇ ਹੋ ਤਾਂ ਇਹਨੂੰ ਵੀ ਜੁਆਇਨ ਕਰ ਲਓ ਬਾਕੀ ਬੈਚ ਆਪਣੇ ਹੈਗੇ ਆ ਜੀ ਪੰਜਾਬ ਪੁਲਿਸ ਵਾਸਤੇ ਪੋਲੀਟੀ ਦਾ ਬੈਚ ਹੈ ਓਕੇ ਤਾਂ ਇਹ ਪ੍ਰੈਕਟਿਸ ਦੇ ਕੁਐਸਚਨ ਹੈ ਇਹਨਾਂ ਦੇ ਜਿਆਦਾ ਆਪਾਂ ਡਿਟੇਲ ਚ ਨਹੀਂ ਜਾਂਦੇ ਠੀਕ ਹੈ ਤੁਹਾਡੀ ਤਿਆਰੀ ਦਾ ਲੈਵਲ ਪਤਾ ਲੱਗਦਾ ਹੈ ਤੇ ਤਿਆਰੀ ਦਾ ਲੈਵਲ ਮੈਨੂੰ ਜਦੋਂ ਪਤਾ ਲੱਗੇਗਾ ਜਦੋਂ ਤੁਸੀਂ ਕਮੈਂਟ ਕਰਕੇ ਦੱਸੋਗੇ ਕਿ ਸਰ ਮੇਰੇ ਇੰਨੇ ਮਾਰਕਸ ਬਣੇ ਆ ਇਹਦੇ ਵਿੱਚ ਠੀਕ ਹੈ ਨਾ ਪਤੀ ਦੇ ਵਿੱਚ ਤੁਹਾਡੇ ਮਾਰਕਸ ਕਿੰਨੇ ਬਣਿਆ ਇਹ ਸਭ ਨੇ ਕਮੈਂਟ ਕਰਕੇ ਜਰੂਰ ਦੱਸਣਾ ਓਕੇ ਥੈਂਕ ਯੂ